ਅੱਜ ਵੀ ਦੀਪ ਬਾਈ ਸਾਡੇ ਵਿੱਚ ਹੀ ਹੈ ਰੂਹ ਕਰਕੇ, ਅਤੇ ਸਰੀਰ ਕਰਕੇ ਅਸੀਂ ਨਹੀਂ ਦੇਖ ਪਾ ਰਹੇ, ਪਰ ਰੂਹ ਕਰਕੇ ਸਾਡੇ ਨਾਲ ਹੀ ਆ ਉਹ। ਅਤੇ ਦੀਪ ਬਾਈ ਦੀ ਸੋਚ ਦਾ ਇੱਕ ਜਾਗ ਉਹਦੀ ਲੱਗੀ ਹੋਈ ਆ, ਚਿਣਗੋ ਹੀ ਲੱਗ ਗਿਆ ਸੀ ਉਹਨੇ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਲਈ। ਇਨਸਾਨ ਸਾਹਿਬ ਥੱਲੇ ਕਹਿੰਦਾ ਸੀ ਵੀ ਇਕੱਠੇ ਹੋਵੋ ਕੌਮ, ਤੁਸੀਂ ਇੱਕ ਇਨਸਾਨ ਸਾਹਿਬ ਥੱਲੇ ਜਿੱਦਣ ਇਕੱਠੇ ਹੋ ਗਏ ਸਾਰੇ, ਉਸ ਦਿਨ ਕਹਿੰਦਾ ਫਿਰ ਤੁਹਾਡੀ ਫਤਿਹ ਫਤਿਹ ਆ। ਨੌਜਵਾਨੀ ਨੂੰ ਜਾਗ ਲੱਗੀ ਅਤੇ ਦੀਪ ਬਾਈ ਨੂੰ ਹਰ ਗੱਲ ਨਾਲ ਚੇਤੇ ਕਰਦੇ, ਮੇਰੇ ਕੋਲ ਆਉਂਦੇ ਵੀ ਨੇ ਨੌਜਵਾਨ, ਭਾਵੁਕ ਵੀ ਹੁੰਦੇ ਨੇ ਕਿ ਅਸੀਂ ਮਿਲਣਾ ਸੀ ਉਹਨਾਂ ਨੂੰ, ਵੀ ਉਹ ਬਹੁਤ ਵਧੀਆ ਇਨਸਾਨ ਸੀ। ਚਲੋ ਅਸੀਂ ਕਿ ਵੀ ਸਮਾਂ ਸੀ ਕੋਈ, ਹੈ ਨਾ, ਪਰ ਅੱਜ ਸਾਨੂੰ ਬਹੁਤ ਘਾਟ ਰੜਕਦੀ ਉਹਦੀ, ਇੱਥੇ ਘਾਟ ਬਹੁਤ ਜ਼ਿਆਦਾ। ਅੱਜ ਜੇ ਕਿਤੇ ਹੁੰਦੇ ਫਿਰ ਸੈਰ ਤਾਂ ਸਾਡਾ ਸੀ ਟੇਬਲ ਟੋਕ ਦੇ ਉੱਤੇ, ਦੁਬਾਰਾ ਸੀ ਗਵਰਨਰ ਨੂੰ ਘੇਰ ਲੈਣਾ ਸੀਗਾ। ਮਤਲਬ ਤੁਸੀਂ ਬਹੁਤ ਕੁਝ ਗਵਾਇਆ ਕਿਸਾਨੀ ਅੰਦੋਲਨ ਦੇ ਵਿੱਚ, ਪੁੱਤ ਗਏ ਤੁਹਾਡੇ, ਹੈ ਨਾ, ਪਰ ਇੱਕ ਪੁੱਤ ਮਿਲਿਆ ਸੀ ਉਹ ਵੀ ਚਲਿਆ ਗਿਆ, ਪਰ ਹੁਣ ਜਦੋਂ ਨੌਜਵਾਨ ਇੱਥੇ ਆ ਕੇ ਮਿਲਦੇ ਨੇ, ਉਹੀ ਦੀਪ ਜਿਹੜਾ ਦੀਪ ਪਿਆਰ ਦਿੰਦਾ ਸੀ, ਅੱਜ ਉਹੀ ਨੌਜਵਾਨ ਉਹੀ ਪਿਆਰ ਤੁਹਾਡੇ ਨਾਲ ਕਰਦੇ ਨੇ। ਨੌਜਵਾਨ ਤੁਹਾਡੇ ਨਾਲ ਬੈਠਾ ਸੀ, ਮੈਂ ਜਦ ਪਹਿਲੇ ਦਿਨ ਮੋਰਚਾ ਲੱਗਿਆ ਮੈਂ ਇਹਨਾਂ ਨਾਲ ਗੱਲ ਕਰੀ ਜਾਂਦਾ ਸੀ, ਮੈਂ ਕਿਹਾ ਕਿਹਨਾਂ ਨਾਲ ਆਇਓ, ਕਹਿੰਦੇ ਮਾਤਾ ਹੋਣਾਂ ਨਾਲ ਆਏ ਹਾਂ। ਸੋ ਲੱਗਦਾ ਕਿਹਨਾਂ ਮੋਰਚਿਆਂ ਨੇ ਪੁੱਤ ਬਹੁਤ ਦਿੱਤੇ? ਉਹ ਤੋਂ ਬਹੁਤ ਦਿੱਤੇ ਨੇ, ਬਹੁਤ ਜ਼ਿਆਦਾ ਪਿਆਰ ਮਿਲਿਆ ਪੂਰੇ ਪੰਜਾਬ ਨੇ, ਕਿਸਾਨੀ ਧਰਨੇ 'ਚ ਵੀ, ਉਰੇ ਵੀ ਬਹੁਤ ਜ਼ਿਆਦਾ, ਪਰ ਹੁਣ ਇਸ ਟਾਈਮ ਜ਼ਿਆਦਾ ਪਿਆਰ ਮੈਨੂੰ ਦੀਪ ਬਾਈ ਕਰਕੇ ਮਿਲ ਰਿਹਾ, ਕਿਉਂ ਦੀਪ ਨੇ ਇੱਕ ਜਿਹੜਾ ਰਿਸ਼ਤਾ ਬਣਾਇਆ ਰੂਹਾਂ ਦੇ ਰਿਸ਼ਤੇ ਸਾਡੇ, ਅਸੀਂ ਇੱਕ ਸੰਘਰਸ਼ੀ ਸੀ, ਸੰਘਰਸ਼ ਦੇ ਰਾਹ 'ਤੇ ਚੱਲੇ ਹੋਏ ਸੀ, ਅਤੇ ਉਹ ਰਿਸ਼ਤੇ ਸਾਡੇ ਇੱਕ ਘਰ ਦੇ ਰਿਸ਼ਤੇ, ਉਹਨਾਂ ਨੂੰ ਖੂਨ ਦੇ ਇੱਕ ਰਿਸ਼ਤੇ ਜਿਹੜੇ ਰੂਹਾਂ ਤੋਂ ਹੁੰਦੇ ਨੇ, ਉਹਦੇ ਕਰਕੇ ਬਹੁਤ ਜ਼ਿਆਦਾ ਵੀ ਪਿਆਰ ਅਤੇ ਸਤਿਕਾਰ ਦੀਪ ਬਾਈ ਦੀ ਮਾਤਾ ਕਹਿ ਕੇ ਬੁਲਾਉਂਦੇ ਨੇ ਜਦੋਂ, ਫਿਰ ਮੈਨੂੰ ਵੀ ਮਨ ਨੂੰ ਗਰਮ ਹੁੰਦਾ ਵੀ ਪਰਮਾਤਮਾ ਨੇ ਮੇਰਾ ਇੱਕ ਸ਼ੇਰ ਲਿਆ ਸੀ, ਮੈਨੂੰ ਦੂਜਾ ਦਿੱਤਾ ਜਿਹਨੇ ਮੈਨੂੰ ਦੁਨੀਆ ਤੱਕ ਇੱਕ ਇਨਾਮ ਦੇ ਗਿਆ, ਪਰ ਉਹ ਕਿਤੇ ਵੀ ਨਹੀਂ, ਮੈਂ ਨਹੀਂ ਜੇ ਆਉਣ ਵਾਲੇ ਸਮੇਂ 'ਚ ਕਿਤੇ ਪੁੱਤ ਜਨਮ ਲਵੇ ਮੇਰੀ ਕੁੱਖੋ ਲਵੇ, ਮੈਂ ਇਹੀ ਕਹਿਣੀ ਕਿ ਮੇਰੇ ਕੋਲ ਦੁਬਾਰਾ ਉਹ ਆਵੇ, ਦੁਬਾਰਾ ਇਸ ਕੌਮ ਲਈ ਹੀਰਾ ਮਿਲੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲੋਕਾਂ ਨੂੰ ਇਹ ਲੱਗਿਆ ਵੀ BJP 'ਚੋਂ ਆਇਆ ਜੀ ਇਹ ਸੀਟਾਂ ਭਾਲੂ ਇੰਜ ਕਰੂ, ਦੇਖੋ ਉਹ ਤਾਂ ਉੱਥੋਂ ਜੋ ਮਰਜ਼ੀ ਉਹਦਾ ਲੈ ਲੈਂਦਾ, ਉਹਨੇ ਠੋਕਰ ਮਾਰੀ ਸੀ ਉਹ ਤਾਂ ਆਪਣਾ ਸਾਰਾ ਕੈਰੀਅਰ ਛੱਡ ਕੇ, ਪਰ ਅੱਜ ਉਹ ਚੀਜ਼ ਇਹ ਪਛਤਾ ਰਹੇ ਨੇ। ਮੈਂ ਨਹੀਂ ਉਸ ਟਾਈਮ ਸ਼ਾਇਦ ਪੰਜਾਬ ਦੀ ਕਿਸਮਤ, ਦੀਪ ਤਾਂ ਚੱਲ ਗਿਆ ਅਤੇ ਸਾਡੀ ਪੰਜਾਬ ਦੀ ਕਿਸਮਤ ਵੀ ਚੱਲ ਗਈ, ਸਾਨੂੰ ਫਿਰ ਕਿਤੇ ਸਦੀਆਂ ਬਾਅਦ ਮਿਲਿਆ ਸੀ, ਪਹਿਲਾਂ ਸੰਤ ਸੀ ਉਦੋਂ ਸੰਤਾਂ ਨੂੰ ਵੀ ਇੱਦਾਂ ਹੀ ਹੈ ਨਾ ਕਰਦੇ ਰਹੇ, ਫਿਰ ਦੀਪ ਬਾਈ ਦੀ ਵੀ ਜਦੋਂ ਉਰੇ ਵੀ ਆਇਆ ਸੀ ਬਾਈ, ਉਹਦੇ ਵੀ ਵਿੱਚ ਇੱਕ ਦੋ ਬੰਦੇ ਲੱਤਾਂ ਖਿੱਚਣ ਲੱਗ ਗਏ ਸੀ ਵੀ ਕਿ ਤੁਸੀਂ ਦੀਪ ਨੂੰ ਅੱਗੇ ਲੈ ਲਿਆ, ਦੀਪ ਨੂੰ ਕਿਉਂ ਲੈ ਕੇ ਗਏ? ਉਹ ਚੀਜ਼ ਮੈਂ ਖੁਦ ਰਿਕਾਰਡਿੰਗ ਸੁਣੀ ਆ, ਪਰ ਮੈਨੂੰ ਤਕਲੀਫ ਹੋਈ, ਪਰ ਦੀਪ ਨੇ ਫਿਰ ਵੀ ਕਿਹਾ ਕਹਿੰਦਾ ਬਾਪੂ ਜੀ ਤੁਸੀਂ ਉਹਨਾਂ ਨੂੰ ਅੱਗੇ ਲਾ ਕੇ ਰੱਖੋ, ਕੋਈ ਗੱਲ ਨਹੀਂ ਅਸੀਂ ਨਹੀਂ, ਤੁਸੀਂ ਉਹਨਾਂ ਨੂੰ ਲਵੋ ਅੱਗੇ, ਅਸੀਂ ਜਿਵੇਂ ਅਸੀਂ ਤੁਹਾਡੇ ਨਾਲ ਹਾਂ। ਦੀਪ ਬਾਈ ਨੇ ਜਿਹੜੀ ਲੜਾਈ ਲੜਨੀ ਸੀ, ਲਕੀਰ ਖਿੱਚ ਕੇ ਲੜਨੀ ਸੀ, ਉਹਨੇ ਕਹਿੰਦੇ ਵੀ ਮੈਂ ਸਾਰਾ ਕੁਝ ਛੱਡਤਾ, ਵੀ ਘਰ ਬਾਰ ਫਿਲਮ ਕੈਰੀਅਰ ਸਭ ਕੁਝ ਛੱਡਤਾ, ਤੁਸੀਂ ਸਪੀਚਾਂ 'ਚ ਵੇਖਿਆ ਵੀ ਆ ਵੀ, ਪਰ ਹੁਣ ਸਾਡੀ ਜਿਹੜੀ ਗੱਲ ਅਸਲੀ ਅਸੀਂ ਹੁਣ ਉਹਦੇ ਤੱਕ ਜਾਣਾ ਹੈ। ਫਿਰ ਬਾਈ ਤਾਂ ਹੀ ਤਾਂ ਕਹਿੰਦੇ, ਕਹਿੰਦਾ ਭੱਜਣ ਵਾਲੇ ਨੂੰ ਧਰਤੀ 'ਤੇ ਉੱਡਣ ਵਾਲੇ ਸਮਾਨ, ਸਾਨੂੰ ਇਹ ਦੋਵੇਂ ਚਾਹੀਦੇ ਨੇ, ਜਿਵੇਂ ਵੀ ਮਿਲਣਗੇ ਜਿੱਥੇ ਮਿਲਣਗੇ ਅਸੀਂ ਛੱਡਣੇ ਥੋੜ੍ਹੀ ਹੈ। ਅਤੇ ਬਾਈ ਨੇ ਤਾਂ ਇਹ ਗੱਲ ਕਰ ਲਈ, ਸਰਕਾਰਾਂ ਨੇ ਉਹਨੂੰ ਬਹੁਤ ਜਲਦ ਸਮਝ ਲਿਆ ਸੀ ਕਿ ਇਹ ਬੰਦਾ ਕੁਛ ਨਾ ਕੁਛ ਕਰੇਗਾ, ਪਰ ਸਾਡੇ ਲੋਕ ਨਹੀਂ ਪਛਾਣ ਪਾਏ ਸਾਡੇ, ਕਹਿੰਦੇ ਜਿਉਂਦੇ ਜੀ ਕਦਰ ਨਹੀਂ ਬਰਸੀਆਂ 'ਤੇ ਇਕੱਠੇ ਹੋ ਕੇ, ਹੁਣ ਅੱਜ ਸਾਰੇ ਪਛਤਾਵ ਹੀ ਰਹੇ ਨੇ।